ਵਾਹਿਗੁਰੂ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਨਿੰਮ ਸਾਹਿਬ ਜੋ ਕਿ ਹਰਿਆਣਾ ਕੈਥਲ ਵਿੱਚ ਹੈ। ਇੱਥੇ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਏ ਸਨ। ਉਹਨਾਂ ਨੇ ਰੋਗੀ ਦਾ ਰੋਗ ਦੂਰ ਕੀਤਾ ਸੀ। ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਨਾਲ ਨਾਲ ਇਤਿਹਾਸ ਵੀ ਦੱਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ। ਗੁਰਦੁਆਰਾ ਸ਼੍ਰੀ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਸੰਗਤ ਨੂੰ ਤਾਰਦੇ ਹੋਏ ਪਰਿਵਾਰ ਸਮੇਤ ਸੰਗਤਾਂ ਦੇ ਨਾਲ ਤਰਨਤਾਰਨ ਸਾਹਿਬ ਤੋਂ ਬਹਿਰ ਜਸ਼ ਹੁੰਦੇ ਹੋਏ 7 ਕੱਤਕ 1723 ਦੀ ਸ਼ਾਮ ਨੂੰ ਇਸ ਅਸਥਾਨ 'ਤੇ ਪਹੁੰਚੇ। ਗੁਰੂ ਜੀ ਨੇ ਤਰਖਾਣ ਸਿੱਖ ਭਾਈ ਮੱਲੇ ਬਹਿਰ ਜਸ਼ ਵਾਲੇ ਨੂੰ ਪੁੱਛਿਆ ਕਿ ਅਸੀਂ ਕੈਥਲ ਨੂੰ ਜਾਣਾ ਹੈ, ਉੱਥੇ ਕੋਈ ਗੁਰੂ ਦਾ ਪ੍ਰੇਮੀ ਹੈ? ਤਾਂ ਮੱਲੇ ਸਿੱਖ ਨੇ ਕਿਹਾ ਕਿ ਕੈਥਲ ਸ਼ਹਿਰ ਵਿੱਚ 2 ਘਰ ਬਾਣੀਆਂ ਦੇ ਅਤੇ 1 ਤਰਖਾਣ ਸਿੱਖ ਦਾ ਹੈ ਜੋ ਗੁਰੂ ਦੇ ਪ੍ਰੇਮੀ ਹਨ। ਗੁਰੂ ਜੀ ਭਾਈ ਮੱਲੇ ਨੂੰ ਨਾਲ ਲੈ ਕੇ ਕੈਥਲ ਚੱਲ ਪਏ। ਕੈਥਲ ਦੇ ਨੇੜੇ ਪਹੁੰਚਣ 'ਤੇ ਮੱਲੇ ਨੇ ਗੁਰੂ ਜੀ ਨੂੰ ਪੁੱਛਿਆ ਕਿ ਪਹਿਲਾਂ ਕਿਸ ਦੇ ਘਰ ਚੱਲਣਾ ਹੈ? ਤਾਂ ਹੁਕਮ ਹੋਇਆ ਜਿਸ ਦਾ ਘਰ ਨੇੜੇ ਹੈ ਭਾਈ ਮੱਲਾ ਜੀ। ਗੁਰੂ ਜੀ ਨੂੰ ਆਪਣੀ ਜਾਤ ਦੇ ਜੁਗਲ ਨਾਮ ਦੇ ਤਰਖਾਣ ਸਿੱਖ ਦੇ ਘਰ ਲੈ ਗਏ ਅਤੇ ਆਵਾਜ਼ ਮਾਰ ਕੇ ਕਿਹਾ, ਤੇਰੇ ਘਰ ਜਗਤ ਦੇ ਤਾਰਕ ਆਏ ਹਨ। ਇਹ ਸੁਣ ਕੇ ਜੁਗਲ ਤਰਖਾਣ ਨੇ ਬੜੇ ਸਤਿਕਾਰ ਨਾਲ ਗੁਰੂ ਜੀ ਦਾ ਉਤਾਰਾ ਕੀਤਾ ਅਤੇ ਜਥਾ ਸਕਤ ਸੇਵਾ ਕੀਤੀ। ਅੰਮ੍ਰਿਤ ਵੇਲੇ ਗੁਰੂ ਜੀ ਨੇ ਭੰਡਾਰ ਤੀਰਥ 'ਤੇ ਇਸ਼ਨਾਨ ਕਰਕੇ ਨਿੰਮ ਥੱਲੇ ਬੈਠ ਕੇ ਨਿਤਨੇਮ ਕਰ ਰਹੇ ਸਨ। ਤਾਂ ਗੁਰੂ ਜੀ ਦਾ ਆਉਣਾ ਸੁਣ ਕੇ ਸ਼ਹਿਰ ਦੀਆਂ ਸੰਗਤਾਂ ਆਣ ਇਕੱਤਰ ਹੋਈਆਂ, ਜਿਨ੍ਹਾਂ ਵਿੱਚ 1 ਤਾਪ ਦੇ ਰੋਗ ਦਾ ਮਰੀਜ਼ ਸੀ। ਗੁਰੂ ਜੀ ਨੇ ਨਿੰਮ ਦੇ ਪੱਤੇ ਖਵਾ ਕੇ ਰੋਗੀ ਦਾ ਤਾਪ ਦੂਰ ਕੀਤਾ। ਇਸ ਕਰਕੇ ਇਸ ਅਸਥਾਨ ਦਾ ਨਾਮ ਗੁਰਦੁਆਰਾ ਨਿੰਮ ਸਾਹਿਬ ਪ੍ਰਸਿੱਧ ਹੈ। ਬਾਣੀਆਂ ਦੀ ਸੰਗਤ ਦੇ ਕਹਿਣ 'ਤੇ ਗੁਰੂ ਸਾਹਿਬ
ਦੁਪਹਿਰ ਦਾ ਭੋਜਨ ਕਰਨ ਲਈ ਮੱਲਾ ਸੇਠਾ ਵਿਖੇ ਗਏ। ਸੰਗਤਾਂ ਦੀ ਬੇਨਤੀ ਕਰਨ ਤੇ ਕਥਾ ਕੀਰਤਨ ਕੀਤਾ ਅਤੇ ਵਰ ਦਿੱਤਾ ਕਿ ਇੱਥੇ ਕਥਾ ਕੀਰਤਨ ਹੋਇਆ ਕਰੇਗਾ। ਉਪਰੰਤ ਗੁਰੂ ਜੀ ਗੁਰਦੁਆਰਾ ਨਿੰਮ ਸਾਹਿਬ ਵਿਖੇ ਆਣ ਬਿਰਾਜੇ ਅਤੇ ਸਰਬੱਤ ਸੰਗਤਾਂ ਨੂੰ ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। 10 ਕੱਤਕ 1723 ਨੂੰ ਪਿੰਡ ਬਾਰਨੇ ਵੱਲ ਚੱਲ ਗਏ। ਭਾਈ ਭਗਤੂ ਜੀ ਵੰਜਸ਼ ਭਾਈ ਦੇਸਾ ਸਿੰਘ ਨੇ 1767 ਈਸਵੀ ਵਿੱਚ ਕੈਥਲ ਸ਼ਹਿਰ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ 1843 ਈਸਵੀ ਤੱਕ ਭਾਈ ਉਦੇ ਸਿੰਘ ਨੇ ਰਾਜ ਕੀਤਾ ਅਤੇ 100 ਵਿਘੇ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਕੀਤੀ। ਇਸ ਤੋਂ ਪਹਿਲਾਂ ਰਿਆਸਤ ਪਟਿਆਲਾ ਤੋਂ 1000 ਰੁਪਈਏ ਅਤੇ 47 ਰੁਪਏ ਰਿਆਸਤ ਜੀਂਦ ਤੋਂ ਮਿਲਦੇ ਸਨ। ਸੂਰਜ ਪ੍ਰਕਾਸ਼ ਗ੍ਰੰਥ ਦੇ ਲਿਖਾਰੀ ਭਾਈ ਸੰਤੋਖ ਸਿੰਘ ਜੀ ਭਾਈ ਸਾਹਿਬ ਦੇ ਰਾਜ ਵਿੱਚ ਨਿਵਰਤਨ ਸੀ। ਕੈਥਲ ਸ਼ਹਿਰ ਰਾਜਾ ਦੁਸ਼ਟਰ ਨੇ ਵਸਾਇਆ ਸੀ। ਹਨੂੰਮਾਨ ਦੀ ਮਾਤਾ ਅੰਜਨੀ ਦਾ ਮੰਦਰ ਹੋਣ ਕਰਕੇ ਇਸ ਦਾ ਨਾਮ ਕਪੀਸਥਲ ਸੀ, ਜੋ ਕਿ ਬਾਅਦ ਵਿੱਚ ਬਦਲ ਕੇ ਕੈਥਲ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।